ਏਟਕ ਰੋਪੜ ਵੱਲੋਂ ਕੈਪਟਨ ਜਗਜੀਤ ਸਿੰਘ ਪਟਿਆਲੀ ਵਾਲੀ ਮਨਾਏਗੀ। ਇਸ ਮੌਕੇ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਬ੍ਰਾਂਚ ਪੰਜਾਬ ਰੋਡਵੇਜ਼ ਰੂਪਨਗਰ ਵੱਲੋਂ ਇੱਕ ਸ਼ਰਧਾਂਜਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਦੇ ਲੀਡਰਾਂ ਤੋਂ ਇਲਾਵਾ ਹਲਕਾ ਰੂਪਨਗਰ ਦੇ MLA ਅਮਰਜੀਤ ਸਿੰਘ ਦੋਆ ਵੱਲੋਂ ਵੀ ਪਹੁੰਚ ਕੇ ਕੈਪਟਨ ਜਗਜੀਤ ਸਿੰਘ ਪਟਵਾਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਅੱਜ ਅਸੀਂ ਸਾਡੇ ਮਹਿਰੂਮ ਆਗੂ ਜਗਜੀਤ ਸਿੰਘ ਜੀ ਪਟਵਾਰੀ ਪ੍ਰਧਾਨ, ਜੋ ਕਿ ਪਿਛਲੇ ਸਾਲ 5 ਅਕਤੂਬਰ ਨੂੰ ਸਾਨੂੰ ਵਿਛੋੜਾ ਦੇ ਗਏ ਹਨ, ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਅਸੀਂ ਅੱਜ ਪਹਿਲੀ ਬਰਸੀ ਮਨਾ ਰਹੇ ਹਾਂ, ਤਾਂ ਜੋ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਪ੍ਰਣ ਲੈ ਸਕੀਏ, ਕਿਉਂਕਿ ਉਹ ਇੱਕ ਮਜ਼ਦੂਰਾਂ ਦੇ ਜੋ ਵੀ ਹੱਕ ਹੈਗੇ ਸਨ ਉਹਨਾਂ ਨੇ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਅਤੇ ਅਸੀਂ ਉਸ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਅਸੀਂ ਉਹਨਾਂ ਦੇ ਰਸਤਿਆਂ 'ਤੇ ਚੱਲਣ ਦਾ ਪੂਰਾ ਪ੍ਰਣ ਲੈਣ ਵਾਸਤੇ ਅੱਜ ਜਾਈਏ। ਮੇਰੀ ਪੂਰੀ ਟੀਮ ਰੋਪੜ ਡੀਪ ਦੀ ਬ੍ਰਾਂਚ ਨੇ ਇਹ ਉਪਰਾਲਾ ਕੀਤਾ ਹੈ। ਇਹਦੇ ਵਿੱਚ ਜੋ ਹੈ ਕਿ ਸਾਡੇ ਨੌਜਵਾਨ ਜੋ ਲੜਕੇ ਹੈਗੇ ਸਾਡੇ ਕੰਟਰੈਕਟ ਦੇ, ਉਹਨਾਂ ਦਾ ਇਹਦੇ ਵਿੱਚ ਬਹੁਤ ਸਹਿਯੋਗ ਹੈ, ਤਾਂ ਕਿ